ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਹੈ 11 ਮਈ 2022 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 11 ਮਈ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰ ਇੱਕ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵੈਸਚਨ ਨੰਬਰ 1 ਕੇਸਰਾ ਸਰਕਾਰ ਨੇ ਸਾਰੇ ਪਿੰਡਾਂ ਨੂੰ ਮੁਫਤ ਹਾਈ ਸਪੀਡ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਸਾਰੇ ਪਿੰਡਾਂ ਨੂੰ ਮੁਫਤ ਹਾਈ ਸਪੀਡ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹਾਂਜੀ ਉੱਤਰ ਪ੍ਰਦੇਸ਼ ਦੇ ਹਰ ਪਿੰਡ ਦੇ ਵਿੱਚ ਜੋ ਪਚਾਇਤ ਘਰ ਆ ਉਸ ਵਿੱਚ ਇੰਟਰਨੈਟ ਲਗਾਇਆ ਜਾਵੇਗਾ ਅਤੇ ਪਚਾਇਤ ਘਰ ਦੀ 50 ਮੀਟਰ ਦੀ ਰੇਸ ਦੇ ਵਿੱਚ ਹਾਈ ਸਪੀਡ ਨੈਟ ਅਵੇਲੇਬਲ ਰਹੇਗਾ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਉੱਤਰ ਪ੍ਰਦੇਸ਼ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤਾ ਗੌਂਤੀ ਨਦੀ ਦੇ ਕਿਨਾਰੇ ਸਥਿਤਾ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਕੌਣ ਨੇ ਯੋਗੀ ਅਦਿੱਤਿਆਨਾਥ ਤੇ ਇਥੋਂ ਦੇ ਗਵਰਨਰ ਨੇ ਅਨੰਦੀ ਬੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਕਤਰਨਿਆ ਘਾਟ ਵਾਈਲਡਲਾਈਫ ਸੈਂਚੁਰੀ ਆ ਪੀਲੀਬੀ ਟਾਈਗਰ ਰਿਜ਼ਰਵਾ ਉੱਤਰ ਪ੍ਰਦੇਸ਼ ਦੇ ਕੋਰਵਾ ਦੇ ਵਿੱਚ AK203 ਅਸॉल्ट ਰਾਈਫਲ ਦੇ ਉਤਪਾਦਨ ਨੂੰ ਮਨਜ਼ੂਰੀ ਦਿੱਤੀ ਗਈ ਆ ਤੇ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਜ਼ਾਪੁਰ ਦੇ ਵਿੱਚ ਗੰਗਾ ਐਕਸਪ੍ਰੈਸਵੇ ਦਾ ਨੀ ਪੱਧਰ ਰੱਖਿਆ ਡੀਆਰਡੀਓ ਨੇ ਫਿਲੂਖੂਆ ਦੇ ਵਿੱਚ ਫਾਇਰ ਟ੍ਰੇਨਿੰਗ ਸੈਂਟਰ ਖੋਲਣ ਦੀ ਕੋਸ਼ਨਾ ਕੀਤੀ ਹੈ ਉੱਤਰ ਪ੍ਰਦੇਸ਼ ਦੇ ਫਿਲੂਖੂਆ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮੜੂਆੜੀ ਨਾਮ ਦਾ ਰੇਲਵੇ ਸਟੇਸ਼ਨ ਇਸ ਦਾ ਨਾਮ ਬਦਲ ਕੇ ਬਨਾਰਸ ਰੇਲਵੇ ਸਟੇਸ਼ਨ ਰੱਖਣ ਦੀ ਕੋਸ਼ਨਾ ਹੋ ਚੁੱਕੀ ਆ ਉੱਤਰ ਪ੍ਰਦੇਸ਼ ਦੇ ਵਿੱਚ ਕਾਲਾਨਾਤਮਕ ਮਹਾਉਤਸਵ ਮਨਾਇਆ ਜਾਂਦਾ ਹੈ ਨਵੀਨ ਰੋਜ਼ਗਾਰ ਛਤਰੀ ਯੋਜਨਾ ਉੱਤਰ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਆ ਉੱਤਰ ਪ੍ਰਦੇਸ਼ ਦੇ ਦੇਵਾਨ ਦੇ ਵਿੱਚ ਏਟੀਐਸ ਕੇਂਦਰ ਖੁੱਲਣ ਦੀ ਕੋਸ਼ਨਾ ਹੋ ਚੁੱਕੀ ਆ ਤੇ 11ਵੀਂ ਇੰਡੀਆ ਹਾਕੀ ਯੂਨੀਅਰ ਚੈਂਪੀਅਨਸ਼ਿਪ ਉੱਤਰ ਪ੍ਰਦੇਸ਼ ਨੇ ਜਿੱਤ ਲਈਆ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ BRO ਨੇ ਆਪਣਾ 62ਵਾਂ ਸਥਾਪਨਾ ਦਿਵਸ ਕਦੋਂ ਮਨਾਇਆ ਹੈ ਹਾਂਜੀ BRO ਯਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਆਪਣਾ 62ਵਾਂ ਸਥਾਪਨਾ ਦਿਵਸ ਮਨਾਇਆ ਹੈ 7 ਮਈ ਨੂੰ ਹਾਂਜੀ ਬਾਰਡਰ ਰੋਡ ਆਰਗੇਨਾਈਜੇਸ਼ਨ ਦੀ ਸਥਾਪਨਾ ਹੋਈ ਸੀ 7 ਮਈ 1970 ਨੂੰ ਤੇਸ ਕਰਕੇ 1907 ਮਈ ਨੂੰ ਹਰੇਕ ਵਸਾਲ ਬੀਆਰਓ ਆਪਣਾ ਸਥਾਪਨਾ ਦਿਵਸ ਮਨਾਉਂਦਾ ਹੈ ਤੇ ਇਸ ਵਾਰ 68ਵਾਂ ਸਥਾਪਨਾ ਦਿਵਸ ਮਨਾਇਆ ਗਿਆ ਬੀਆਰਓ ਦਾ ਹੁਣ ਅਸੀਂ ਗੱਲ ਕਰ ਰਹੇ ਹਾਂ ਬੀਆਰਓ ਜਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਦੀ ਇਸ ਦੀ ਸਥਾਪਨਾ ਕਦੋਂ ਹੋਈ ਸੀ 7 ਮਈ 1970 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਡਾਇਰੈਕਟਰ ਜਨਰਲ ਕੌਣ ਨੇ ਰਾਜੀਵ ਚੌਧਰੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕਿਸ ਨੇ ਹਾਲ ਹੀ ਵਿੱਚ UAE T20 ਲੀਗ ਦੀ ਫਰੈਂਚਾਈਜ਼ ਹਾਸਲ ਕੀਤੀ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਅਡਾਨੀ ਗਰੁੱਪ ਅਡਾਨੀ ਗਰੁੱਪ ਨੇ UAE T20 ਲੀਗ ਦੀ ਫਰੈਂਚਾਈਜ਼ ਹਾਸਲ ਕੀਤੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਗੋਪਾਲ ਕ੍ਰਿਸ਼ਨ ਗੋਖਲੇ ਦਾ ਜਨਮ ਦਿਨ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਗੋਪਾਲ ਕ੍ਰਿਸ਼ਨ ਗੋਖਲੇ ਦਾ ਜਨਮ ਦਿਨ ਕਸ਼ਨ ਨੰਬਰ ਬੀਐਸ ਕੁਐਸ਼ਨ ਦਾ ਰਾਈਟ ਆਨਸਰ ਸਤੰਤਰਤਾ ਦੇ ਲਈ ਭਾਰਤ ਦੀ ਲੜਾਈ ਦੌਰਾਨ ਪ੍ਰਸਿੱਧ ਰਾਜਨੀਤਿਕ ਨੇਤਾਵਾਂ ਦੇ ਵਿੱਚੋਂ ਇੱਕ ਸੀ ਗੋਪਾਲ ਕ੍ਰਿਸ਼ਨ ਗੋਖਲੇ ਤੇ ਇਹਨਾਂ ਨੇ 1911 ਦੇ ਵਿੱਚ ਨਾਗਪੁਰ ਤੋਂ ਹਿੱਤਵਾਦੀ ਅਖਬਾਰ ਦੀ ਸਥਾਪਨਾ ਕੀਤੀ ਸੀ ਤੇ ਇਹਨਾਂ ਦੀ ਜਨਮ ਤੀ ਹੁੰਦੀ ਹੈ 9 ਮਈ ਨੂੰ ਤੇ ਇਸ ਕਰਕੇ 9 ਮਈ ਨੂੰ ਗੋਪਾਲ ਕ੍ਰਿਸ਼ਨ ਗੋਖਲੇ ਦਾ ਜਨਮ ਦਿਨ ਜਨਤੀ ਮਨਾਈ ਜਾਂਦੀ ਆ ਠੀਕ ਹੈ ਤੇ 9 ਮਈ ਨੂੰ ਹੀ ਮਹਾਰਾਜਾ ਪ੍ਰਤਾਪ ਸਿੰਘ ਦੀ ਜਨਤੀ ਵੀ ਮਨਾਈ ਜਾਂਦੀ ਆ ਇਹ ਤੁਸੀਂ ਯਾਦ ਰੱਖਣਾ ਹੁਣ ਅਸੀਂ ਮਈ ਦੇ ਇੰਪੋਰਟੈਂਟ ਡੇਜ਼ ਬਾਰੇ ਗੱਲ ਕਰ ਰਹੇ ਆ ਤਾਂ ਤੁਸੀਂ ਯਾਦ ਰੱਖਣਾ ਨਾਲ ਦੀ ਨਾਲ ਹੀ ਅਸੀਂ ਪਿਛਲੇ ਡੇ ਵੀ ਰਿਵਾਈਜ਼ ਕਰ ਲੈਨੇ ਆ ਮਈ ਦੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ 8 ਮਈ ਦੀ 8 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ ਅਤੇ ਵਿਸ਼ਵ ਪ੍ਰਵਾਸੀ ਦਿਵਸ ਪੰਛੀ ਦਿਵਸ ਮਨਾਇਆ ਗਿਆ 7 ਮਈ ਨੂੰ ਵਿਸ਼ਵ ਐਥਲੈਟਿਕਸ ਦਿਵਸ ਮਨਾਇਆ ਗਿਆ 6 ਮਈ ਨੂੰ ਅੰਤਰਰਾਸ਼ਟਰੀ ਖੁਰਾਕ ਦਿਵਸ ਮਨਾਇਆ ਗਿਆ 5 ਮਈ ਨੂੰ ਵਿਸ਼ਵ ਪੁਰਤਗਾਲੀ ਦਿਵਸ ਮਨਾਇਆ ਗਿਆ 4 ਮਈ ਨੂੰ ਅੰਤਰਰਾਸ਼ਟਰੀ ਅੱਗਬੋਝਾਉ ਦਿਵਸ ਮਨਾਇਆ ਗਿਆ 3 ਮਈ ਨੂੰ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਗਿਆ 2 ਮਈ ਨੂੰ ਵਿਸ਼ਵ ਟੂਨਾ ਦਿਵਸ ਮਨਾਇਆ ਗਿਆ ਟੂਨਾ ਇੱਕ ਮੱਛਲੀ ਦਾ ਨਾਮ ਆ ਤੇ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ ਗੁਜਰਾਤ ਦਿਵਸ ਮਨਾਇਆ ਗਿਆ ਅਤੇ ਮਹਾਰਾਸ਼ਟਰ ਦਿਵਸ ਵੀ 1 ਮਈ ਨੂੰ ਮਨਾਇਆ ਗਿਆ ਇਹਨਾਂ ਤੁਸੀਂ ਯਾਦ ਰੱਖਣਾ ਮਈ ਦੇ ਇੰਪੋਰਟੈਂਟ ਡੇ ਦੇ ਬਾਰੇ ਨੈਕਸਟ ਕੁਐਸਚਨ ਕਿਸ ਦੇਸ਼ ਨੇ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਰਿਵਾਈਵਲ ਪ੍ਰੋਜੈਕਟ ਲਾਂਚ ਕੀਤਾ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਇੰਡੀਆ ਸਾਡੇ ਦੇਸ਼ ਭਾਰਤ ਨੇ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਰਿਵਾਈਵਲ ਪ੍ਰੋਜੈਕਟ ਲਾਂਚ ਕੀਤਾ অপਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਿਹੜੇ ਦੇਸ਼ ਵਿੱਚ ਬਾਂਦਰ ਪੌਕਸ ਦੇ ਦੂਜੇ ਕੇਸ ਦੀ ਪੁਸ਼ਟੀ ਹੋਈ ਆ ਹਾਂ ਜੀ ਇਸ ਕੁਐਸਚਨ ਦਾ ਵਿੱਚ ਦੇਖੋ ਮੌਨਕੀ ਪੌਕਸ ਇਹ ਤੁਸੀਂ ਯਾਦ ਰੱਖਣੇ ਆ ਠੀਕ ਹੈ ਮੌਨਕੀ ਪੌਕਸ ਤਾਂ ਬਾਂਦਰ ਪੌਕਸ ਦੇ ਦੂਜੇ ਕੇਸ ਦੀ ਪੁਸ਼ਟੀ ਹੋਈ ਆ ਬ੍ਰਿਟੇਨ ਦੇ ਵਿੱਚ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਬ੍ਰਿਟੇਨ ਦੇ ਵਿੱਚ ਮੌਨਕੀ ਪੌਕਸ ਦੀ ਵਜ੍ਹਾ ਕਰਕੇ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕਿਸ ਨੇ ਐਚ ਪੀਸੀਐਲ ਦੇ ਸੀਐਮਡੀ ਵਜੋਂ ਆਉਂਦਾ ਸੰਭਾਲਿਆ ਹੈ ਹਾਂਜੀ ਐਚਪੀਸੀਐਲ ਦੇ ਨਵੇਂ ਸੀਐਮਡੀ ਵਜੋਂ ਆਉਂਦਾ ਸੰਭਾਲਿਆ ਹੈ ਪੁਸ਼ਪ ਕੁਮਾਰ ਜੋਸੀ ਨੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਕਰ ਰਹੇ ਹਾਂ ਐਚਪੀਸੀਐਲ ਦੀ ਯਾਨੀ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਇਸ ਦੀ ਸਥਾਪਨਾ ਕਦੋਂ ਹੋਈ ਸੀ 1964 ਦੇ ਵਿੱਚ ਇਸ ਦਾ ਹੈੱਡਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਐਮਡੀ ਕੌਣ ਨੇ ਐਮ ਕੇ ਸੁਰਾਣਾ ਨੈਕਸਟ ਕੁਐਸ਼ਨ ਅਸੀਂ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਜੂਨੀਅਰ ਵਿਸ਼ਵ ਕੱਪ ਕਿੱਥੇ ਸ਼ੁਰੂ ਹੋਇਆ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਜੂਨੀਅਰ ਵਿਸ਼ਵ ਕੱਪ ਜਰਮਨੀ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜਰਮਨੀ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਰਮਨੀ ਜਰਮਨੀ ਦੀ ਕੈਪੀਟਲ ਕੀ ਹੈ ਵਰਲਨ ਇੱਥੋਂ ਦੀ ਕਰੰਸੀ ਕੀ ਹੈ ਯੂਰੋ ਤੇ ਇੱਥੋਂ ਦੇ ਵਿੱਚ ਮੈਂ ਤੁਹਾਨੂੰ ਕੱਲ ਹੀ ਵੀ ਕੁਐਸ਼ਨ ਕਰਵਾਇਆ ਸੀ ਕਿ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਫ੍ਰੈਂਕ ਵਲਟਰ ਸਟੈਂਮੇਅਰ ਤੇ ਇਥੋਂ ਦੇ ਚਾਂਸਲਰ ਕੌਣ ਨੇ ਉਲਾਫਸ ਕਾਲਜ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਆਈਆਈਐਮ ਨਾਗਪੁਰ ਦੇ ਸਥਾਈ ਕੈਂਪਸ ਦਾ ਉਦਘਾਟਨ ਕਿਸ ਨੇ ਕੀਤਾ ਹਾਂਜੀ ਆਈਆਈਐਮ ਨਾਗਪੁਰ ਦੇ ਸਥਾਈ ਕੈਂਪਸ ਦਾ ਉਦਘਾਟਨ ਪ੍ਰਧਾਨ ਮੰਤਰੀ ਸੌਰੀ ਰਾਸ਼ਟਰਪਤੀ ਰਾਮਨਾਥ ਕੋਬਿੰਦ ਨੇ ਕੀਤਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਨੇ ਕੀਤਾ ਇਹ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕੇਸ ਨੇ 26ਵੀਂ ਬਾਰ ਐਵਰੇਸਟ ਫਤਿਹ ਕਰਕੇ ਆਪਣਾ ਹੀ ਰਿਕਾਰਡ ਤੋੜਿਆ ਹੈ ਹਾਂਜੀ 26ਵੀਂ ਬਾਰ ਐਵਰੇਸਟ ਫਤਿਹ ਕਰਕੇ ਆਪਣਾ ਹੀ ਰਿਕਾਰਡ ਤੋੜਿਆ ਕਾਮੀ ਸਰਪਾ ਨੇ অপਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਕਿਹੜੀ ਰਾ ਸਰਕਾਰ ਨੇ ਬਿਮਾਰੀ ਤੋਂ ਬਚਣ ਲਈ ਸੈਲੀ ਐਪ ਲਾਂਚ ਕੀਤੀ ਆ ਹਾਂਜੀ ਸੈਲੀ ਐਪ ਲਾਂਚ ਕੀਤੀ ਆ ਕੇਰਲ ਗਵਰਨਮੈਂਟ ਨੇ ਬਿਮਾਰੀ ਤੋਂ ਬਚਣ ਦੇ ਲਈ ਆਪਸ਼ਨ ਨੰਬਰ ਬੀ ਇਸ ਕੁਐਸ਼ਚਨ ਦਾ ਰਾਈਟ ਆਨਸਰ ਹੈ ਹੁਣ ਕੇਰਲ ਨੇ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਕੀ ਆ ਤ੍ਰਿਵੰਤਮਪੁਰਮ ਤੇ ਇਥੋਂ ਦੀ ਕਰੰਸੀ ਆ ਸੌਰੀ ਕਰੰਸੀ ਤਾਂ ਇੰਡੀਅਨ ਰੁਪੀਜ਼ ਹੀ ਆ ਤੇ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਪਿੰਰਈ ਵਿਜੀਨ ਤੇ ਇਥੋਂ ਦੇ ਗਵਰਨਰ ਆ ਆਰ ਐਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਈਮੁੜੀ 16 ਨੈਸ਼ਨਲ ਪਾਰਕ ਆ ਮੱਤੀਕੇਤਨ 16 ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਪਬੜਮ 16 ਨੈਸ਼ਨਲ ਪਾਰਕ ਆ ਐਰਵਿਕੁਲਮ ਨੈਸ਼ਨਲ ਪਾਰਕ ਆ ਪੈਰੀਆਰ ਨੈਸ਼ਨਲ ਪਾਰਕ ਆ ਪਰਿਵਰਤਨਮ ਯੋਜਨਾ ਅਮਸ਼ਵਾਰਿਆਂ ਦੇ ਲਈ ਕੇਰਲ ਦੇ ਵਿੱਚ ਸ਼ੁਰੂ ਹੋਈ ਪਦਮ ਸੈਲੀ ਦੇ ਪੁਰਸਕਾਰ ਸਥਾਪਿਤ ਕਰਨ ਦੀ ਘੋਸ਼ਣਾ ਕੇਰਲ ਦੇ ਵਿੱਚ ਹੋਈ ਤੇ ਇਸੇ ਤਰ੍ਹਾਂ ਦੀ ਘੋਸ਼ਣਾ ਸਰ ਗਵਰਨਮੈਂਟ ਵੀ ਕਰ ਚੁੱਕੀ ਆ ਤਰੰਗਾ ਪਹਿਲ ਕੇਰਲ ਦੇ ਵਿੱਚ ਸ਼ੁਰੂ ਹੋਈ ਇਹ ਰੈਪਿਡ ਸਕਰੀਨਿੰਗ ਦੇ ਲਈ ਆ ਆਰਫ ਮੁਹੰਮਦ ਖਾਨ ਇੱਥੋਂ ਦੇ ਗਵਰਨਰ ਆ ਕੇਰਲ ਦੇ ਤੇ ਇਹਨਾਂ ਨੇ ਕੁੰਬਲਾਂਗੀ ਪਿੰਡ ਨੂੰ ਭਾਰਤ ਦਾ ਪਹਿਲਾ ਸੈਨੀਟਰੀ ਨੈਪਕਿਨ ਮੁਕਤ ਪਿੰਡ ਘੋਸ਼ਿਤ ਕੀਤਾ ਨੈਕਸਟ ਕੁਐਸਚਨ ਅਸੀਂ ਚੀਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2022 ਨੂੰ ਕਿੰਨੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ? ਹਾਂਜੀ ਚਾਈਨਾ ਦੇ ਵਿੱਚ ਏਸ਼ੀਆਈ ਖੇਡਾਂ 2022 ਸਤੰਬਰ ਦੇ ਵਿੱਚ ਹੋਣ ਜਾ ਰਹੀਆਂ ਸੀ ਪਰ ਚੀਨ ਦੇ ਵਿੱਚ ਕੋਵਿਡ-19 ਦੇ ਕੇਸਸ ਲਗਾਤਾਰ ਵਧ ਰਹੇ ਆ ਇਸ ਲਈ ਖੇਡਾਂ ਨੂੰ 2023 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ। ਉਹ 2023 ਦੇ ਵਿੱਚ ਹੋਣਗੀਆਂ। ਹੁਣ ਇਹ ਚਾਈਨਾ ਨੇ ਕੀਤੀ ਆ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਈਨਾ। ਚਾਈਨਾ ਦੀ ਕੈਪੀਟਲ ਕੀ ਹੈ ਵਿਜ਼ਿੰਗ ਇਥੋਂ ਦੀ ਕਰੰਸੀ ਕੀ ਹੈ ਰੇਨ ਮਿਨਵੀ ਤੇ ਇਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਜੀ ਜ਼ਿੰਪਿੰਗ ਚੀਨ ਨੇ ਸਾਈਨੋ ਫੋਰਨ ਵੈਕਸੀਨ ਬਣਾਈ ਸੀ Mars Rover ਚਰੂੰਗ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ਤੇ ਉਤਾਰਿਆ ਚੀਨ ਨੇ ਇਹ ਕਚਰੇ ਦਾ ਸਭ ਤੋਂ ਵੱਡਾ ਉਤਪਾਦਕ ਹੈ ਚੀਨ ਤੇ ਪਲਾਸਟਿਕ ਕਚਰੇ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਉਤਪਾਦਕ ਹੈ ਅਮਰੀਕਾ ਹਾਈ ਸਪੀਡ ਮੈਗਲੈਵ ਦਾ ਸਫਲਤਾਪੂਰਵਕ ਪ੍ਰੀਖਣ ਚੀਨ ਨੇ ਕੀਤਾ ਵੇਡਿਓ ਨਾਮ ਦਾ ਨੈਵੀਗੇਸ਼ਨ ਸੈਟੇਲਾਈਟ ਵੀ ਸਫਲਤਾਪੂਰਵਕ ਚੀਨ ਨੇ ਲਾਂਚ ਕੀਤਾ ਯੋਗ ਜਿੰਪਿੰਗ ਪੁਲਾੜ ਵਿੱਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਬਣੀ ਆ ਪਹਿਲਾ ਪ੍ਰithvi ਉਪਗ੍ਰਹਿ ਗੁਆੰਗਗਮੂ ਚੀਨ ਨੇ ਲਾਂਚ ਕੀਤਾ ਚੀਨ ਨੇ ਵਿਦੇਸ਼ੀ ਪਾਠਕ੍ਰਮ ਨੂੰ ਆਪਣੇ ਸਕੂਲਾਂ ਦੇ ਵਿੱਚ ਪੜ੍ਹਾਉਣ ਤੇ ਰੋਕ ਲਗਾ ਦਿੱਤੀ ਜਾਨੀ ਕਿ ਕੋਈ ਵੀ ਵਿਦੇਸ਼ੀ ਪਾਠਕ੍ਰਮ ਹੁਣ ਚੀਨਾ ਦੇ ਸਕੂਲ ਦੇ ਵਿੱਚ ਚਾਈਨਾ ਦੇ ਸਕੂਲ ਦੇ ਵਿੱਚ ਨਹੀਂ ਪੜ੍ਹਾਇਆ ਜਾਵੇਗਾ ਚੀਨ ਦੀ ਯਾਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਆ ਟੋਟਲ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਚੀਨ ਦੇ ਵਿਗਿਆਨੀਆਂ ਨੇ ਧਰਤੀ ਤੇ ਨਕਲੀ ਚੰਦ ਬਣਾਇਆ ਤੇ ਇਸ ਤੋਂ ਪਹਿਲਾਂ ਨਕਲੀ ਸੂਰਜ ਵੀ ਬਣਾ ਚੁੱਕੇ ਆ ਭਾਰਤ ਤੇ ਚੀਨ ਦਰਮਿਆਨ ਦੁਬੱਲਾ ਵਪਾਰ 2021 ਦੇ ਵਿੱਚ 125 ਮਿਲੀਅਨ ਡਾਲਰ ਪਾਰ ਕਰ ਗਿਆ ਵੀਜ਼ਿੰਗ ਸੀਤਕਾਲੀਨ 올림픽 ਚਾਈਨਾ ਦੇ ਵਿੱਚ ਹੋਈ ਸੀ ਇਸ ਦੇ ਵਿੱਚ ਨਾਰਵੇ 1st ਤੇ ਆ ਜਰਮਨੀ 2nd ਤੇ ਆ ਤੇ ਚੀਨ 3rd ਤੇ ਆ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ TVS ਮੋਟਰ ਕੰਪਨੀ ਦੁਆਰਾ ਇਸ ਦਾ ਮੈਨੇਜਿੰਗ ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ TVS ਮੋਟਰ ਕੰਪਨੀ ਦੁਆਰਾ ਇਸ ਦੇ ਮੈਨੇਜਿੰਗ ਡਾਇਰੈਕਟਰ ਅਪਾਇੰਟ ਕੀਤੇ ਗਏ ਆ ਸੁਨਦਰਸ਼ਨ ਵੈਨੂ ਆਪਸ਼ਨ ਨੰਬਰ B ਇਸ ਕੁਐਸਚਨ ਦਾ ਰਾਈਟ ਆਂਸਰ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ